ਸਾਤਸਰੀਆ ਕਾਲ ਦੋਸਤੋ ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਆਇਆਂ ਨੂੰ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਹੋਇਆ ਸਿੱਧਾ ਇਹਨਾਂ ਮਹਿੰਗਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਬੁੱਧਵਾਰ ਨੂੰ ਫਿਰ ਬਦਲਾਅ ਕੀਤੇ ਗਏ ਪਰ ਕੱਚਾ ਤੇਲ 84 ਡਾਲਰ ਰੁਪਏ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ ਬੈਂਚਮਾਰਕ ਬ੍ਰਾਂਡ ਕੱਚਾ ਤੇਲ 5 ਨਵੰਬਰ 2021 ਨੂੰ 82.74 ਡਾਲਰ ਪ੍ਰਤੀ ਬੈਰਲ ਸੀ ਪਰ 1 ਦਸੰਬਰ ਨੂੰ 68.87 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਇਸ ਤੋਂ ਬਾਅਦ ਦਰ ਵਧਣੀ ਸ਼ੁਰੂ ਹੋਈ ਅਤੇ ਬੁੱਧਵਾਰ ਨੂੰ ਕੱਚੇ ਤੇਲ ਦਾ ਭਾਅ ਵਧ ਕੇ 83.82 ਡਾਲਰ ਪ੍ਰਤੀ ਬੈਰਲ ਹੋ ਗਿਆ ਦੱਸ ਦਈਏ ਕਿ 4 ਨਵੰਬਰ 2021 ਤੋਂ ਬਾਅਦ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਲਗਾਮ ਲੱਗ ਗਈ ਸੀ ਉਸ ਦਿਨ ਤੋਂ ਬਾਅਦ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਚ ਕਟੌਤੀ ਕੀਤੀ ਹੈ ਜੂਨ 2017 ਚ ਰੋਜ਼ਾਨਾ ਕੀਮਤਾਂ 'ਤੇ ਬਾਤਿਲ ਦੇ ਕੀਮਤਾ 'ਚ ਵਾਧਾ ਨਾ ਹੋਣ ਦਾ ਸਭ ਤੋਂ ਲੰਮਾ ਟਾਈਮ ਸੀ 4 ਨਵੰਬਰ 2021 ਨੂੰ ਡੀਜ਼ਲ ਤੇ ਐਕਸਾਈਜ਼ ਡਿਊਟੀ 10 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ ਤੇ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ ਇਸ ਨਾਲ ਪ੍ਰਚੂਨ ਪੰਪ ਦੀਆਂ ਦਰਾਂ 'ਚ ਕਟੌਤੀ ਕੀਤੀ ਗਈ ਸੀ ਉਸ ਦਿਨ ਜ਼ਿਆਦਾਤਰ ਪਾਜਪਾਸ਼ ਆਸ਼੍ਰਿਤ ਸੂਬਿਆਂ ਨੇ ਖਪਤਕਾਰ ਨੂੰ ਵੱਡੀ ਰਾਹਤ ਦੇਣ ਲਈ ਸਥਾਨਕ ਵਿਕਰੀ ਟੈਕਸ ਜਾਂ ਵੈਟ 'ਚ ਕਟੌਤੀ ਕੀਤੀ ਸੀ ਪੰਜਾਬ ਤੇ ਦਿੱਲੀ ਵਰਗੇ ਹੋਰ ਸੂਬਿਆਂ ਨੇ ਬਾਅਦ ਦਿਆਂ ਤਰੀਕਾ ਜਤੇਲ ਵਿੱਚ ਕਟੌਤੀ ਕੀਤੀ ਦਿੱਲੀ 'ਚ ਪੈਟਰੋਲ ਦੀ ਕੀਮਤ 95.42 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 86.77 ਕਿਲੋ ਰੁਪਏ ਹੈ ਖਬਰوں ਲਾਸਟ ਤੱਕ